ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਪ ਤੁਸੀਂ ਬਹੁਤ ਵਧੀਆ ਹੋਵੋਗੇ ਅਤੇ ਸਾਡਾ ਚੈਨਲ ਐਂਡ ਵਲੌਗਸ ਵੀ ਕੈਨ ਸੇ ਔਰ ਵੀ ਕੈਨ ਸੇ ਸੌਂਗਸ ਐਂਡ ਜੋ ਵੀ ਹੈ ਕੰਟੈਂਟ ਮੈਂ ਪਾਉਂਦੀ ਹਾਂ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹੋਵੋਗੇ। ਐਂਡ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ, ਪਲੀਜ਼ ਇੱਕ ਰਿਕੁਐਸਟ ਆ ਤੁਹਾਡੇ ਅੱਗੇ ਸਾਰਿਆਂ ਦੇ। ਅੱਜ ਮੈਂ ਆਪਣੀ ਬੇਟੀ ਕਾਇਰਾ ਦਾ ਬਰਥਡੇ ਸੈਲੀਬ੍ਰੇਸ਼ਨ ਕਰੂੰਗੀ, ਸੈਕਿੰਡ ਮੰਥ ਬਰਥਡੇ। ਐਂਡ ਪਹਿਲਾਂ ਤੁਹਾਡੇ ਅੱਗੇ ਇੱਕ ਰਿਕੁਐਸਟ ਆ ਮੇਰੀ ਕਿ ਪਲੀਜ਼ ਵਿਊ ਕਰ ਦਿਓ, ਸਬਸਕ੍ਰਾਈਬ ਕਰਿਆ ਕਰੋ ਐਂਡ ਕਮੈਂਟ ਕਰਕੇ ਪਲੀਜ਼ ਉਹਨੂੰ ਬਲੈਸਿੰਗਸ ਦਿਆ ਕਰੋ ਐਂਡ ਅਤੇ ਲਾਈਕ ਕਰਿਆ ਕਰੋ, ਬਿਕੋਜ਼ ਇਹਦੇ ਨਾਲ ਥੋੜ੍ਹਾ ਆਪਣੇ ਮਨ ਨੂੰ ਵੀ ਸਾਡੇ ਨੂੰ ਵੀ ਤਸੱਲੀ ਹੋ ਜਾਂਦੀ ਹੈ ਕਿ ਹਾਂ ਤੁਸੀਂ ਇਹ ਚੀਜ਼ ਨੂੰ ਪਸੰਦ ਕਰਦੇ ਹੋ। ਰਾਈਟ, ਜੇ ਬਾਈ ਚਾਂਸ ਨਹੀਂ ਤੁਹਾਨੂੰ ਚੀਜ਼ ਪਸੰਦ ਆਉਣ ਦੀ, ਤੁਸੀਂ ਮੈਨੂੰ ਸਿੱਧਾ ਕਮੈਂਟ ਦੇ ਥਰੂ ਵੀ ਬੋਲ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ। ਨੈਗੇਟਿਵ ਕਮੈਂਟ ਜੇ ਤੁਸੀਂ ਕਰਨਾ ਕਰ, ਬਟ ਪਲੀਜ਼ ਯਾਰ ਵੀਡੀਓ ਨੂੰ ਸਿਰਫ ਵਿਊ ਨਾ ਕਰਿਆ ਕਰੋ, ਸਬਸਕ੍ਰਾਈਬ ਵੀ ਕਰਿਆ ਕਰੋ, ਬਿਕੋਜ਼ ਤੁਸੀਂ ਮੇਰੀ ਵੀਡੀਓਸ ਦੇਖ ਸਕਦੇ ਹੋ ਲਾਈਕ 30K, 2.4K ਐਂਡ ਆਲ ਦੈਟ ਸਟੱਫ, ਇਹ ਵਿਊਜ਼ ਜਾਂਦੇ ਆ, ਬਟ ਸਬਸਕ੍ਰਿਪਸ਼ਨ ਜਿਹੜੀ ਆ ਸਬਸਕ੍ਰਾਈਬ ਕਰਨ ਵਾਲੇ ਜਸਟ ਬਿਲਕੁਲ ਘੱਟ ਆ। ਸੋ ਪਲੀਜ਼ ਤੁਹਾਡੇ ਹੱਥ ਜੋੜ ਕੇ ਬੇਨਤੀ ਆ ਕਿ ਸਬਸਕ੍ਰਾਈਬ ਵੀ ਕਰਿਆ ਕਰੋ, ਸੋ ਦੈਟ ਮੈਨੂੰ ਇਹੀ ਆ, ਮਤਲਬ ਮੇਰਾ ਮੇਨ ਮਕਸਦ ਕੀ ਹੈ ਯੂਟਿਊਬ ਚੈਨਲ ਬਣਾਉਣ ਦਾ ਕਿ ਮੇਰੀ ਬੇਟੀ ਜਿਹੜੀ ਕਾਇਰਾ ਵਾ ਉਹ ਅੱਗੇ ਆਪਣਾ ਸਾਰਾ ਕੁਝ ਜੋ ਵੀ ਆਪਾਂ ਕਰਦੇ ਹਾਂ ਆਪਣੀ ਡੇਲੀ ਰੂਟੀਨ ਦੇ ਵਿੱਚ, ਡੇਲੀ ਲਾਈਫ ਦੇ ਵਿੱਚ ਜੋ ਵੀ ਉਹਦੇ ਉਹਦਾ ਬਰਥਡੇ ਆ, ਉਹਦੀ ਫੋਟੋਜ਼ ਨੇ, ਉਹਦੇ ਵੀਡੀਓਜ਼ ਨੇ, ਉਹ ਆਪਣੀਆਂ ਅੱਗੇ ਜਾ ਕੇ ਦੇਖ ਸਕੇ। ਮੇਰਾ ਇਹ ਮਕਸਦ ਆ ਮੇਨ। ਅਤੇ ਬਿਕੋਜ਼ ਆਪਾਂ ਕੀ ਕਰਦੇ ਹਾਂ ਕਿ ਲਾਈਕ ਮਤਲਬ ਸਾਡੇ ਪੇਰੈਂਟਸ ਨੇ ਹੈ ਨਾ ਉਦੋਂ ਇਹ ਚੀਜ਼ਾਂ ਨਹੀਂ ਕੀਤੀਆਂ, ਅਤੇ ਮੈਂ ਆਪਣੀ ਬੇਟੀ ਨੂੰ ਕਰਵਾਉਣਾ ਚਾਹੁੰਦੀ ਹਾਂ ਕਿ ਹਾਂ ਉਹ ਆਪਣਾ ਸਾਰਾ ਕੁਝ ਇੰਜੋਇਮੈਂਟ ਕਰ ਸਕੇ ਆਪਣਾ ਬਚਪਨ। ਬਿਕੋਜ਼ ਤੁਹਾਨੂੰ ਪਤਾ ਮੀਨਸ ਇੱਕ ਮੋਟੀਵੇਸ਼ਨ ਜਿਹੜੀ ਹੁੰਦੀ ਬਹੁਤ ਵੱਡੀ ਚੀਜ਼ ਹੁੰਦੀ ਹੈ, ਐਂਡ ਮੈਨੂੰ ਇਸ ਤਰ੍ਹਾਂ ਮਤਲਬ ਫੀਲ ਹੋਊਗਾ ਕਿ ਹਾਂ ਮਤਲਬ ਮੇਰੀ ਬੇਟੀ ਨੂੰ ਤਾਂ ਪਸੰਦ ਕਰਦੇ ਹੋ, ਐਂਡ ਲਾਈਕ ਉਹ ਵੀ ਅੱਗੋ ਜਾ ਕੇ ਤੁਸੀਂ ਅਗਰ ਕਮੈਂਟ ਕਰੋਗੇ ਉਹ ਦੇਖੂਗੀ ਹੈ ਨਾ, ਚੈਨਲ ਤੁਹਾਡੇ ਨੂੰ ਦੇਖੂਗੀ, ਜਾਂ ਇੱਕ ਬੰਦੇ ਦੇ ਮਨ ਵਿੱਚ ਹੁੰਦਾ ਕਿ ਹਾਂ ਇਹ ਵਾਲੇ ਬੰਦੇ ਨੇ ਮੈਨੂੰ ਇਹ ਬਲੈਸਿੰਗ ਦਿੱਤੀ ਸੀ। ਸੋ ਮੈਂ ਇਹੀ ਚਾਹੁੰਦੀ ਹਾਂ, ਪਲੀਜ਼ ਸਬਸਕ੍ਰਿਪਸ਼ਨ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ, ਲਾਈਕ ਕਰਿਆ ਕਰੋ ਐਂਡ ਸ਼ੇਅਰ ਕਰਨਾ ਨਾ ਕਰੋ ਭਾਵਾਂ, ਬਟ ਕਮੈਂਟ ਪੱਕਾ ਕਰਿਆ ਕਰੋ ਐਂਡ ਬਲੈਸਿੰਗ ਦਿਆ ਕਰੋ। ਥੈਂਕ ਯੂ ਵੈਰੀ ਮੱਚ, ਐਂਡ ਤੁਸੀਂ ਹੁਣ ਇੰਜੋਏ ਕਰੋ ਕਾਇਰਾ ਦਾ ਸੈਕਿੰਡ ਮੰਥ ਬਰਥਡੇ, ਐਂਡ ਵਿਸ਼ ਵਿਲ ਗੋਇੰਗ ਟੂ ਸੈਲੀਬ੍ਰੇਟ ਸੂਨ, ਬਾਏ, ਟੇਕ ਕੇਅਰ। ਅੱਜ ਯੂ ਨੋ ਮੀਨਸ ਕਾਇਰਾ ਦਾ ਸੈਕਿੰਡ ਮੰਥ ਬਰਥਡੇ ਆ, ਅਤੇ ਕੱਲ੍ਹ ਥੋੜ੍ਹਾ ਬਿਜ਼ੀ ਸਕੈਡਿਊਲ ਸੀ, ਕੱਲ੍ਹ ਅਸੀਂ ਫੋਟੋਸ਼ੂਟ ਕਰਵਾਈ ਸੀ ਕਾਇਰਾ ਦੀ, ਅਤੇ ਅੱਜ ਮੋਰਨਿੰਗ ਵੀ ਮੈਂ ਬਿਜ਼ੀ ਸੀ ਐਂਡ ਇਹਦੇ ਪਾਪਾ ਵੀ ਬਿਜ਼ੀ ਸੀ, ਐਂਡ ਵਲੋਗ ਸ਼ੂਟ ਨਹੀਂ ਹੋ ਪਾਇਆ ਸਾਡੇ ਕੋਲ, ਬਿਕੋਜ਼ ਆਪਾਂ ਮੇਰਾ ਫੋਲੋਅਪ ਸੀ ਸੈਂਟ ਮੈਰੀ ਹੋਸਪਿਟਲ ਵਿੱਚ ਅੱਜ, ਅਤੇ ਉੱਥੇ ਗਈ ਸੀ, ਐਂਡ ਆਫਟਰ ਦੈਟ ਮੀਨਸ ਲਾਈਕ 3:00 ਇੰਨੇ ਕੁ ਵਜੇ ਆਏ ਸੀ ਆਪਾਂ, ਅਤੇ ਆਉਂਦੇ ਆਉਂਦੇ ਆਪਾਂ ਕਾਇਰਾ ਦਾ ਬਰਥਡੇ ਕੇਕ ਲੈ ਆਏ ਸੀ, ਅਤੇ ਹੁਣ ਆਪਾਂ ਬਰਥਡੇ ਸੈਲੀਬ੍ਰੇਟ ਕਰਨ ਲੱਗੇ ਹਾਂ, ਕਿਉਂਕਿ ਇਹਦੇ ਮਾਮੂ ਜੀ ਜਿਹੜੇ ਸੀ ਅਤੇ ਮਾਸੀ ਉਹ ਕੰਮ 'ਤੇ ਸੀ, ਉਹਨਾਂ ਦੀ ਵੇਟ ਕਰਨ ਦੇ ਨਾਲ ਆਪਾਂ ਥੋੜ੍ਹਾ ਲੇਟ ਹੋ ਗਿਆ, ਬਟ ਹੁਣ ਅੱਗੇ ਅਸੀਂ ਸਾਰਾ ਵਲੋਗ ਇਹਦਾ ਸ਼ੂਟ ਕਰਾਂਗੇ, ਕਾਇਰਾ ਦਾ ਬਰਥਡੇ ਸੈਲੀਬ੍ਰੇਟ ਕਰਦੇ ਹਾਂ ਸੈਕਿੰਡ ਮੰਥ ਬਰਥਡੇ। ਹੈਪੀਐਸਟ ਬਰਥਡੇ ਮਾਈ ਡਾਟਰ, ਲਵਲੀ ਡਾਟਰ ਕਾਇਰਾ ਕੌਰ ਗਿੱਲ, ਐਂਡ ਵਾਹਿਗੁਰੂ ਮੇਰ ਕਰੇ ਤੰਦਰੁਸਤ। ਸੋ ਚਲੋ ਦੇਖਦੇ ਹਾਂ, ਹੈਪੀ ਬਰਥਡੇ ਕਾਇਰਾ। Congratulations, celebration, happy birthday to you, happy birthday to you.
हैलो सत श्रीकाल सारिआं नूं, कैरा दे बर्थडे ते सैलीब्रेट करदे देखिआ ही होगा, बहुत वधिया इंजॉय होया साडा। तां हुण तुहानूं आपां मिलदे आं नैक्सट ब्लॉक। ओके बाय, टेक केयर।